ਅਕਾਲੀ ਜੋਤ ਦੇ ਦਰਸ਼ਨ। ਪਰ ਮੈਨੂੰ ਹੁਣ ਇਸ ਆਸ਼ਾ ਤੋਂ ਵੀ ਨਿਰਾਸ਼ਤਾ ਹੋ ਗਈ ਕਿ ਮੇਰੇ ਭਾਗ ਕਿੱਥੇ ਜੋ ਐਸੇ ਉੱਚ ਦਰਸ਼ਨਾਂ ਦਾ ਪਾਤਰ ਬਣ ਸਕਾਂ। ਮੈਂ ਅਤ ਨਿਮੋਝਾਣਾ ਜਿਹਾ ਹੋ ਗਿਆ। ਪਰ ਇਸ ਨਿਰਾਸ਼ਤਾ ਵਿੱਚ ਵੀ ਅਜਾਪਾ ਜਾਪ ਜਿਉਂ ਦਾ ਤਿਉਂ ਜ਼ੋਰਾਂ ਤੋਰਾਂ ਵਿੱਚ ਛਿੜਿਆ ਰਿਹਾ। ਪਰ ਮੇਰੇ ਇਸ ਦਾਅਵੇ ਦਾ ਲੱਕ ਟੁੱਟ ਗਿਆ ਕਿ ਇਸੇ ਰਾਤ ਅੰਦਰ ਦਰਸ਼ਨ ਪਰਸ ਲੈਣੇ ਹਨ। ਜਦ ਮੇਰੇ ਇਸ ਆਸ ਦਾਅਵੇ ਦਾ ਲੱਕ ਟੁੱਟਾ ਤਾਂ ਮੇਰੇ ਅਚਲ ਆਸਣ ਦਾ ਚੌਕੜਾ ਵੀ ਟੁੱਟ ਗਿਆ। ਮੈਂ ਸਿੱਧਾ ਸਤੋਰ ਨਿਸਲ ਹੋ ਕੇ ਲੰਮਾ ਪੈ ਗਿਆ। ਪਰ ਜਿਹਬਾ ਕਰਕੇ ਜਾਪ ਉਵੇਂ ਜਿਵੇਂ ਹੀ ਹੋ ਰਿਹਾ ਸੀ ਅਤੇ ਹੱਥ ਉੱਚਾ ਕਰਕੇ ਮਾਲਾ ਦਾ ਅਖੰਡ ਚੱਕਰ ਉਸ ਤੋਂ ਵੀ ਅਧਿਕ ਚੱਲ ਰਿਹਾ ਸੀ। ਹੋਰ ਸਭ ਕਾਰ ਤਾਂ ਉਵੇਂ ਜਿਵੇਂ ਚੱਲ ਰਹੀ ਸੀ। ਬਿਰਤੀ ਵਿੱਚ ਵੀ ਰੰਚਕ ਮਾਤਰ ਘਾਟਾ ਨਹੀਂ ਸੀ, ਕੇਵਲ ਆਸਾਂ ਅਤੇ ਉਤਸ਼ਾਹਾਂ ਦਾ ਫੁਰਨਾ ਨਹੀਂ ਸੀ। ਇਸ ਨਿਮਰਤਾ ਵਾਲੀ ਨਿਸਲ ਪਰ ਸਾਵਧਾਨਤਾ ਦੀ ਹਾਲਤ ਵਿੱਚ ਥੋੜ੍ਹੇ ਹੀ ਚੱਕਰ ਫਿਰੇ ਹੋਣਗੇ ਕਿ ਚਾਣਚੱਕ ਅਚਿੰਤਾ ਹੀ ਮੇਰੇ ਘੱਟ ਅੰਦਰ ਜੋਤ ਦਾ ਪ੍ਰਕਾਸ਼ ਆਣ ਲਿਸ਼ਕਿਆ। ਜਦੋਂ ਹੀ ਮੈਂ ਆਪਣੇ ਅੰਦਰ ਠੰਡਾ ਠਾਰ ਚਾਨਣਾ ਝਲਕਦਾ ਡਲਕਦਾ ਪੇਖਿਆ ਅਤੇ ਸੰਘ ਭੰਗ ਪੇਖਿਆ ਤਾਂ ਮੈਥੋਂ ਝਾਲ ਝੱਲੀ ਨਾ ਗਈ। ਮੇਰੀਆਂ ਕਿਲਕਾਰੀਆਂ, ਮੇਰੀਆਂ ਚੀਕਾਂ ਨਿਕਲ ਚੱਲੀਆਂ। ਮੈਂ ਹੌਲਾ ਫੁੱਲ ਵਰਗਾ ਹੋ ਗਿਆ। ਅਚਰਜ ਸਵਾਦਦਾਰ ਅਕਹਿ ਅਸਹਿ ਮਿਠਾਸ ਦੀ ਦਮਕ ਵਾਲਾ ਪ੍ਰਕਾਸ਼ ਦੁੱਧ ਸਰੂਪੀ ਚਿਲਮਲਕਾਰ ਜਦ ਮੈਂ ਦੂਜੀ ਵਾਰੀ ਝਾਤੀ ਮਾਰ ਕੇ ਅੰਤਰ ਬਾਹਰ ਸਾਰੀ ਕੋਠੀ ਦੇ ਅੰਦਰ ਪਸਰਿਆ ਹੋਇਆ ਦੇਖਿਆ, ਮੇਰੀਆਂ ਅੱਖਾਂ ਮਿਚ ਗਈਆਂ। ਜਿਉਂ ਉਬੜਿਆ ਉਬੜ ਕੇ ਛੱਤ ਨਾਲ ਜਾ ਲੱਗਿਆ। ਮੇਰੇ ਹੱਥ ਜੁੜ ਗਏ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਅਜਰ ਨੂੰ ਤੂੰ ਆਪੇ ਹੀ ਜਰਾ, ਮੇਥੋਂ ਜਰਿਆ ਨਹੀਂ ਜਾਂਦਾ। ਇੱਕ ਅੱਖ ਦੇ ਫੋਰ ਵਿੱਚ ਮੈਂ ਮਲਕ ਦੇ ਕੇ ਫਰਸ਼ 'ਤੇ ਆਣ ਟਿਕਿਆ। ਇੱਕ ਫੁੱਲ ਦੀ ਸੱਟ ਫਿੱਟ ਨਹੀਂ ਲੱਗੀ, ਝੂਲਣੇ 'ਤੇ ਝੂਲਦਾ ਹੀ ਉੱਪਰ ਜਾ ਚੜਿਆ ਅਤੇ ਹਲੋਰਿਆਂ ਦੀ ਬੁੱਕਲ ਲੋਰੀ ਵਿੱਚ ਹੇਠ ਆਣ ਉਤਰਿਆ। ਮੈਨੂੰ ਹੁਣ ਕੀ ਦਿਸੇ ਕਿ ਮੇਰਾ ਸਰੀਰ ਹੁਣ ਇੱਕ ਸੇਜਾ ਦੈਵ ਜੋਤ ਸਰੂਪੀ ਜਗਮਗ ਮਗੰਤੀ ਸੇਜ ਬਣਿਆ ਹੋਇਆ ਹੈ ਅਤੇ ਸੇਜ ਦੇ ਉੱਪਰ ਮਹਾਂਪ੍ਰਬਲ ਪ੍ਰਕਾਸ਼ ਸਰੂਪ ਅਚਲ ਆਨੰਦ ਸਰੂਪ ਭੋਗ ਕਰ ਰਿਹਾ ਹੈ, ਜਿਸ ਦਾ ਸਵਾਦ ਮੈਥੋਂ ਝੱਲਿਆ ਨਾ ਜਾਵੇ ਪਰ ਛੱਡਿਆ ਵੀ ਨਾ ਜਾਵੇ। ਮੇਰੀਆਂ ਅੱਖਾਂ ਭਾਵੇਂ ਮੀਚੀਆਂ ਹੋਈਆਂ ਸਨ ਪਰ ਪ੍ਰਕਾਸ਼ ਮਹਾਂਜੋਤੀ ਸਰੂਪ ਦਾ ਮੈਨੂੰ ਸਾਕਸ਼ਾਤ ਮੇਰੇ ਅੰਦਰ ਬਾਹਰ ਦਿਸੇ। ਮੇਰੇ ਇਹਨਾਂ ਦੋ ਨੈਣਾਂ ਤੋਂ ਬਿਨਾਂ ਮੈਨੂੰ ਹੋਰ ਅੰਦਰੀਬੀ ਦਿਵ ਲੋਇਣ ਅਚਰਜ ਦਿਵ ਦ੍ਰਿਸ਼ਟੀ ਵਾਲੇ ਲੱਗ ਗਏ। ਇਹ ਅਲੌਕਿਕ ਕੌਤਕ ਮੈਥੋਂ ਸਹਾਰਿਆ ਨਾ ਜਾਵੇ। ਮੈਂ ਜਾਪ ਬੰਦ ਕਰਨ ਦੀ ਬਥੇਰੀ ਕੋਸ਼ਿਸ਼ ਕਰਾਂ ਕਿ ਮਤਾ ਇਸ ਦੇ ਬੰਦ ਕਰੇ ਅਤੇ ਮੈਨੂੰ ਕੁਝ ਜ਼ਰਾ ਕੁ ਸਹਾਰਾ ਆਵੇ। ਪਰ ਕਿੱਥੋਂ ਹੁਣ ਉਹ ਜਾਪ ਵੀ ਦਿਵ ਆਤਮੀ ਸੁੱਤੇ ਅਭਿਆਸ ਬਣ ਗਿਆ। ਰੋਕਿਆ ਹੋਇਆ ਰੁਕੇ ਹੀ ਨਾ, ਸਵਾਸਾਂ ਦਾ ਜ਼ੋਰ, ਚਮਤਕਾਰੀ ਹੁਲਾਰਿਆਂ ਵਾਲਾ ਆਨੰਦ ਰਹੱਸੀ ਅਭਿਆਸ ਅੱਜ ਵੀ ਰੰਗਾਂ ਅਤੇ ਤਰੰਗਾਂ ਵਿੱਚ ਤੁਰਿਆ ਹੋਇਆ ਸੀ। ਜਿਉਂ ਜਿਉਂ ਮੈਂ ਉਸ ਵੱਲ ਧਿਆਨ ਬ੍ਰਿਤ ਹੋਵਾਂ ਤਿਉਂ ਤਿਉਂ ਪਰਮ ਵਿਸਮਾਰ ਵਿੱਚ ਸਮਾਉਂਦਾ ਜਾਵਾਂ। ਮੇਰਾ ਹਿਰਦਾ ਕਮਲ ਖਿੜਿਆ ਪਿਆ ਅਤੇ ਪ੍ਰਕਾਸ਼ ਨਾਲ ਨੂਰੋ ਨੂਰ, ਹਲਕਾਪਨ ਇਹੋ ਜਿਹਾ ਕਿ ਉੱਡ ਉੱਡ ਜਾਵਾਂ, ਮਸਾਂ ਰੋਕ ਰੁਕ ਰੱਖਾਂ, ਬੇਨਤੀਆਂ ਕਰ ਕਰ ਅਤੇ ਬੇਨਤੀ ਦੇ ਸ਼ਬਦ ਪੜ੍ਹ ਪੜ੍ਹ ਆਨੰਦੀ ਗਿਆਨ ਪ੍ਰਕਾਸ਼ ਰਾਓ ਰੁਝਾਵਾਂ ਅਤੇ ਮਨਾਵਾਂ। ਝਾਲੂ ਰਿਸਾਲੂ ਕੰਤੜੇ ਨੂੰ ਸਵਾਰ ਸਵਾਰ ਕੇ ਸੇਜਾਂ 'ਤੇ ਸੰਭਾਲਾਂ। ਮੈਨੂੰ ਕੀ ਪਤਾ ਸੀ ਕਿ ਰਸ ਰਸੀ ਜਿਹੜਾ ਪਿਰ ਇਉਂ ਚੱਲ ਕੇ ਘਰ ਆਵੇਗਾ। ਮੈਂ ਸਮਝਦਾ ਸੀ ਕਿ ਇਸ ਕੋਠੇ ਰੂਪੀ ਘਰ ਵਿਖੇ ਜਿੱਥੇ ਮੈਂ ਬੈਠਾ ਅਭਿਆਸ ਕਰਦਾ ਸੀ ਕਿਤੋਂ ਉਗਮ ਤੋਂ ਉੱਤਰ ਕੇ ਬਾਹਰੋਂ ਦੀ ਆ ਕੇ ਮੈਨੂੰ ਮਿਲੂ। ਪਰ ਮੈਂ ਕੀ ਜਾਣਦਾ ਸੀ ਕਿ ਮੇਰਾ ਚੋਝੀ ਪਿਆਰਾ ਸ਼ੋ ਕੋਈ ਅਗਾਧ ਕਲਾ ਵਾਲਾ ਕੌਤਕ ਵਰਤਾ ਕੇ ਮੇਰੇ ਘੱਟ ਰੂਪ ਅੰਦਰ ਅੰਗਣ ਮੱਲ ਕੇ ਮੇਰੀ ਸੇਜਾ ਉੱਤੇ ਆਣ ਬੈਠੇਗਾ। ਆਹ, ਅੱਜ ਮੇਰੇ ਹੱਬੇ ਟੋਲ ਸੁਹਾਵਣੇ ਹੋ ਗਏ। ਪ੍ਰਕਾਸ਼ ਉਜਾਰੇ ਦਾ ਇੱਕ ਡਲਡਲ ਕਰਿੰਦਾ ਸਮੁੰਦਰ ਮੇਰੇ ਅੰਤਰ ਬਾਹਰ ਠੱਠਾ ਮਾਰੇ। ਪਰ ਮੈਂ ਗੁਰਬਾਣੀ ਦੇ ਪ੍ਰਤਾਪ ਨਾਲ ਸਿੱਖੀਆਂ ਹੋਈਆਂ ਬੇਨਤੀਆਂ ਦੇ ਪ੍ਰਭਾਵ ਕਰਕੇ ਇਹਨਾਂ ਝਲਕਾਂ ਅਤੇ ਝਾਲਾਂ ਨੂੰ ਝੱਲ ਗਿਆ। ਜਿਉਂ ਜਿਉਂ ਮੈਂ ਇਹਨਾਂ ਤਰੰਗਾਂ ਵਿੱਚ ਲੀਨ ਹੋਵਾਂ ਤਿਉਂ ਤਿਉਂ ਹੋਰ ਤੋਂ ਹੋਰ ਅਰਬਤ ਪਰਮ ਅਦਭੁਤ ਪਰਮਾਰਥੀ ਰੰਗਾਂ ਦੇ ਕੌਤਕ ਮੇਰੇ ਦਿਵ ਦ੍ਰਿਸ਼ਟੀ ਨੇਤਰਾਂ ਦੇ ਅਗੋਚਰ ਆਵਨ, ਜਿਨ੍ਹਾਂ ਦਾ ਲਿਖਣਾ ਕਥਨਾ ਪੰਜ ਭੂਤਕ ਇਨਸਾਨੀ ਦਾਇਰੇ ਤੋਂ ਬਾਹਰ ਹੈ। ਜਿਸ ਕੋਠੇ ਵਿੱਚ ਮੈਂ ਬਿਰਾਜਮਾਨ ਸੀ, ਹੁਣ ਮੈਨੂੰ ਉਸ ਕੋਠੇ ਦੀਆਂ ਕੰਧਾਂ, ਛੱਤ ਕੁਛ ਵੀ ਨਜ਼ਰ ਨਾ ਆਵੇ। ਧੁਰ ਆਕਾਸ਼ ਥਾਣੀ ਖੁੱਲ੍ਹਾ ਪੁਲਾੜ ਨਦਰੀ ਆਵੇ ਅਤੇ ਸਾਫ਼ ਨਿਰਮਲਾ ਨਿਰਮਲਾ ਦਿਖਾਈ ਦੇਵੇ, ਜਿਸ ਵਿੱਚ ਕਿ ਉਹ ਨਿਰੰਜਣੀ ਜੋਤਾ ਪ੍ਰਕਾਸ਼ ਜਗਮਗ ਜੋਤ ਉਜ਼ਾਲਾ ਪਸਰ ਰਿਹਾ ਹੈ, ਜੋ ਕਿ ਮੇਰੇ ਘੱਟ ਅੰਦਰ ਆਨੰਦ ਹੁਲਾਸ ਅਤੇ ਪ੍ਰਕਾਸ਼ ਦਾ ਸਹਿਜ ਤੱਤ ਬਲੋ ਨਾ ਬਲੋ ਰਹੀ।
ਇਹ ਸਭ ਕੁਝ ਮੈਂ ਇਨ ਮਿਨ ਪੇਖਾਂ, ਪ੍ਰਤੱਖ ਪੇਖਾਂ, ਜਾਗਰਤ ਵਿੱਚ ਪੇਖਾਂ, ਪਰ ਮੈਨੂੰ ਅਮੰਨਾ ਤੇ ਪ੍ਰਤੀਤ ਨਾ ਆਵੇ ਕਿ ਮੈਂ ਸੱਚਮੁੱਚ ਇਹ ਨਜ਼ਾਰੇ ਚਮਕਾਰ ਜਿਉਂਦਾ ਜਾਗਦਾ ਦੇਖ ਰਿਹਾ ਹਾਂ। ਮੈਨੂੰ ਦੋ ਝੋਲੇ ਪੈਣ, ਜਾਂ ਤਾਂ ਮੈਂ ਮਰ ਕੇ ਸਰੀਰ ਤਿਆਗ ਕੇ ਪੁਰਾਣਾ ਝੋਲਾ ਬਦਲ ਕੇ ਅਤੇ ਕੋਈ ਨਵਾਂ ਦੈਵਤ ਝੋਲਾ ਧਾਰ ਕੇ ਪਰਲੋਕੀ ਅਰਸ਼ੀ ਮੰਡਲਾਂ ਵਿੱਚ ਇਹ ਨਜ਼ਾਰੇ ਦੇਖ ਰਿਹਾ ਹਾਂ, ਜਾਂ ਜੋ ਕੁਛ ਹੈ ਸੋ ਸੁਫਨ ਵਿਵਸਥਾ ਦਾ ਚਮਤਕਾਰ ਹੈ। ਚਾਹੇ ਮੇਰੀ ਹੱਡ ਬੀਤੀ ਅਤੇ ਹੱਡ ਵਰਤੀ ਮੈਨੂੰ ਦੱਸੇ, ਜਾਗਰਤ ਅਤੇ ਪ੍ਰਤੱਖ ਜ਼ਲਵੇ ਪ੍ਰਗਟ ਪਹਾਰੇ ਜਲਵਾਗਰ ਹੋਏ ਹਨ, ਪਰ ਚਕ੍ਰਿਤ ਜਿਹਾ ਰਹਿ ਜਾਵਾਂ ਕਿ ਕੀ ਏਵੜ ਕੁਦਰਤ ਮੇਰੇ ਪ੍ਰਥਾਏ ਵਰਤ ਸਕਦੀ ਹੈ? ਕੀ ਏਵੜ ਵੱਡੀ ਦਾਤ ਮੇਰੀ ਨਿਮਿਤ ਦਾਤਾਰੀ ਜਾ ਸਕਦੀ ਹੈ? ਏਵੜ ਵੱਡੀ ਕਿਰਪਾ ਅਤੇ ਮੈਂ ਏਡਾ ਵੱਡਾ ਪਾਪੀ, ਮੇਰੇ ਵਿੱਚ ਏਡੇ ਗੁਣ ਕਿੱਥੋਂ? ਜਿਨ੍ਹਾਂ ਗੁਣਾਂ ਕਰ ਗੁਣੀ ਨੂੰ ਰਿਝਾ ਲਵਾਂ ਤਾਂ ਤਾਂ ਇਹ ਪ੍ਰਤੱਖ ਨਹੀਂ, ਸਭ ਸੁਪਨਾ ਹੈ। ਇਹ ਇਸ ਜਨਮ ਦੀ ਖੇਡ ਨਹੀਂ, ਕੋਈ ਪਾਰਲੋਕ ਜਨਮ ਦੇ ਕ੍ਰਿਸ਼ਮੇ ਦੇਖ ਰਿਹਾ ਹਾਂ। ਭਾਵੇਂ ਕੁਛ ਵੀ ਹੋਵੇ, ਜੋ ਕੁਝ ਦੇਖ ਰਿਹਾ ਹਾਂ ਸੋ ਅਤਿਅੰਤ ਸ਼ੁਭ ਲੱਖਣੀ ਪਰਮ ਆਨੰਦੀ ਲਹਿਰ ਬਹਿਣ ਲਹਿਰ ਬਹਿਰ ਮਾਣ ਰਿਹਾ ਹਾਂ। ਚੱਲ ਤੂੰ ਮਾਣੀ ਚੱਲ, ਕਾਹਨੂੰ ਵਸਵਸਿਆਂ ਵਿੱਚ ਪੈਂਦਾ ਹੈ? ਇਤਨੇ ਨੂੰ ਬਾਹਰੋਂ ਵੀ ਭਾਈ ਰੂੜ ਸਿੰਘ ਜੀ ਨੇ ਬੂਹਾ ਖੜਕਾਇਆ ਕਿ ਇਸ਼ਨਾਨ ਦਾ ਵਕਤ ਹੋ ਗਿਆ ਹੈ ਅਤੇ 2 ਵਜੇ ਚਾਹੁੰਦੇ ਹਨ। ਮੇਰੇ ਕੰਨਾਂ ਵਿੱਚ ਇਹ ਬਿੜਕ ਪਈ ਤਾਂ ਮੈਂ ਜਾਤਾ ਕਿ ਨਾ ਮੈਂ ਮਰਿਆ ਹਾਂ ਅਤੇ ਨਾ ਚੋਲਾ ਪਲਟਿਆ ਹੈ ਅਤੇ ਨਾ ਹੀ ਸੁਪਨਾ ਦੇਖ ਰਿਹਾ ਹਾਂ। ਪਰ ਦੂਜੇ ਹੀ ਸ਼ਨ ਵਸਵਸਾ ਉੱਠ ਖੜੋਤਾ ਕਿ ਸ਼ਾਇਦ ਮੈਂ ਸੁਪਨੇ ਵਿੱਚ ਭਾਈ ਰੂੜ ਸਿੰਘ ਦਾ ਇਹ ਵਾਜ਼ਾ ਸੁਣਦਾ ਹੋਵਾਂ। ਮਰਨ ਵਾਲਾ ਸੰਸਾ ਤਾਂ ਦੂਰ ਹੋ ਗਿਆ, ਪਰ ਸੁਪਨੇ ਵਾਲਾ ਵਸਵਸਾ ਖੜ੍ਹਾ ਹੀ ਰਿਹਾ। ਮੈਂ ਅੰਦਰੋਂ ਕੁੰਡਾ ਖੋਲ੍ਹ ਕੇ ਜਦੋਂ ਬਾਹਰ ਨਿਕਲਿਆ ਤਾਂ ਭਾਈ ਰੂੜ ਸਿੰਘ ਨੇ ਫਤਿਹ ਬੁਲਾਈ। ਮੈਂ ਉਸ ਨੂੰ ਸਿਆਤਾ ਪਛਾਤਾ ਅਤੇ ਸਿਆਣ ਪਛਾਣ ਕੇ ਫਿਰ ਵੀ ਮੈਂ ਇਹ ਗੱਲਬਾਤ ਅਤੇ ਮੇਲ ਗਿਲ ਸੁਪਨੇ ਵਿੱਚ ਹੀ ਹੁੰਦਾ ਸਮਝਾਂ। ਮੈਂ ਉਸ ਤੋਂ ਪੁੱਛਿਆ, ਭਾਈ ਰੂੜ ਸਿੰਘ ਜੀ, ਕੀ ਆਪਾਂ ਦੋਵੇਂ ਸੁਪਨੇ ਵਿੱਚ ਗੱਲਬਾਤ ਕਰ ਰਹੇ ਹਾਂ? ਕੀ ਤੁਸੀਂ ਵੀ ਸੁਪਨਾ ਦੇਖ ਰਹੇ ਹੋ? ਉਸ ਆਖਿਆ, ਜੀ ਨਹੀਂ ਭਾਈ ਸਾਹਿਬ, ਅੱਜ ਤੁਸੀਂ ਕਿਹੋ ਜਿਹੀਆਂ ਗੱਲਾਂ ਪਏ ਕਰਦੇ ਹੋ? ਚਲੋ ਇਸ਼ਨਾਨ ਕਰੋ। ਜਦ ਮੈਂ ਇਸ਼ਨਾਨ ਵਾਲੇ ਕਮਰੇ ਵਿੱਚ ਗਿਆ ਤਾਂ ਉਹੀ ਸਮਾਨ ਪਏ ਨਜ਼ਰ ਆਉਣ, ਪਰ ਮੈਂ ਡਿੱਗ ਡਿੱਗ ਪਵਾਂ ਅਤੇ ਆਪੇ ਹੀ ਸੰਭਲ ਪਵਾਂ। ਮੇਰਾ ਅੰਦਰ ਇਕੱਠਿਆ ਹੋਇਆ ਵਿਆ ਅਤੇ ਮੈਂ ਪਿਰਮ ਰੱਸੀ ਅਕਹਿ ਰਸਾਂ ਵਿੱਚ ਖੀਵਾ ਹੋਇਆ ਫਿਰਾਂ। ਖੀਵੇ ਹੋਏ ਨੇ ਇਸ਼ਨਾਨ ਜੋ ਕੀਤਾ ਤਾਂ ਸਵਾਸ ਅਭਿਆਸ ਖੰਡੇ ਦਾ ਐਸਾ ਮਧਾਣਾ ਫਿਰਨ ਲੱਗਾ ਕਿ ਕਥਿਆ ਨਹੀਂ ਜਾਂਦਾ। ਜਪਜੀ ਸਾਹਿਬ ਦਾ ਪਾਠ ਆਰੰਭ ਦਿੱਤਾ ਅਤੇ ਕਸ਼ਹਿਰਾ ਬਦਲ ਕੇ ਉੱਥੇ ਹੀ ਪਾਠ ਅਭਿਆਸ ਕਰਨ ਬੈਠ ਗਿਆ। ਕੇਵਲ ਸੀਸ 'ਤੇ ਦਸਤਾਰਾ ਅਤੇ ਤੇੜ ਕਸ਼ਹਿਰਾ, ਉਂਝ ਨੰਗ ਮਨੰਗਾ, ਮੈਨੂੰ ਕੱਕਰ ਪਾਲਾ ਪੋਹੇ ਹੀ ਨਾ। ਦੇਹ ਅਧਿਆਸ ਮੇਰਾ ਮੂਲੋਂ ਹੀ ਘੱਟ ਗਿਆ, ਦੇਹੋਂ ਬਦੇਹ ਹੋ ਗਿਆ। ਚੁਲੁੱਲੇ ਰੰਗਾਂ ਵਿੱਚ ਮਸਤ ਲਮਸਤ ਬਿਸਮਾਦੀ ਸਵਾਦਾਂ ਦਾ ਗਟਾਕ ਰਸ ਲੈਂਦਾ ਹੋਇਆ ਮੂਲ ਮੰਤਰ ਦਾ ਪਾਠ ਕਰਾਂ, ਕਰ ਕਰਕੇ ਬਿਸਮਾਦੋਂ ਮਹਾਂ ਬਿਸਮਾਦ ਹੁੰਦਾ ਜਾਵਾਂ। ਅਗਾਂਹ ਪਾਠ ਤੁਰੇ ਹੀ ਨਾ। ਇੱਕ ਤਾਂ ਨਾਮ ਅਭਿਆਸ ਦੀ ਬਿਜਲੀ ਮੇਰੇ ਰਮਾਵਲੀ ਅੰਦਰ ਇੱਧਰੋਂ ਉੱਧਰ ਅਤੇ ਉੱਧਰੋਂ ਇੱਧਰ ਲਹਿਰੇ ਮਾਰਦੀ ਫਿਰੇ, ਅਤੇ ਦੂਜੇ ਮਹਾਂ ਤੇਜਵਸੀ ਪ੍ਰਕਾਸ਼ ਰੂਪ ਜੋਤੀ ਨਿਧਾਨ ਦਾ ਸਹਿਜਾ ਸਥਾਨ ਅਤੇ ਕਟਕ ਦਾ ਭੋਗ ਰਸ ਵਿਗਾਸ ਪਸਰਿਆ ਹੋਇਆ। ਤੀਜੇ ਹੁਣ ਮਹਾਂਮੰਤਰ ਸ੍ਰੀ ਜਪਜੀ ਸਾਹਿਬ ਦਾ ਪਾਰਸ ਚੁੰਬਕੀ ਤੇਜ ਪ੍ਰਤਾਪ ਅਤੇ ਸਹਿਜ ਸਮਾਧੀ ਵਾਲਾ ਪਾਠ। ਮੈਂ ਗੂੰਦਾ ਹੋ ਜਾਵਾਂ, ਰਸਮਗਨ ਹੋਏ ਨੂੰ ਕੌਣ ਹੋੜੇ ਅਤੇ ਪਾਠ ਪ੍ਰਵਾਹ ਵਿੱਚ ਤੋਰੇ। ਅੱਜ ਮੈਨੂੰ ਜਪਜੀ ਸਾਹਿਬ ਦੀ ਤੁਕ ਤੁਕ ਦਾ ਉਹ ਸਵਾਦ ਆਵੇ ਅਤੇ ਉੱਚ ਗਿਆਨ ਕਲਾ ਦਾ ਉਹ ਅਨੁਭਵੀ ਪ੍ਰਕਾਸ਼ ਭਾਵ ਫੁਰੇ ਕਿ ਅੱਗੇ ਕਦੀ ਸੁਣਿਆ ਪੇਖਿਆ ਅਤੇ ਅਨੁਭਵ ਨਹੀਂ ਕੀਤਾ ਸੀ। ਮੈਂ ਬਥੇਰਾ ਜ਼ੋਰ ਲਾਵਾਂ ਪਰ ਮੈਥੋਂ ਅੱਗੇ ਤੁਰਿਆ ਨਾ ਜਾਵੇ। ਤੁਕ ਤੁਕ 'ਤੇ ਅਟਕਾਂ, ਤੁਕ ਤੁਕ 'ਤੇ ਰਸਲੀਨ ਹੋ ਜਾਵਾਂ। ਇਸ ਬਸਮਾਦੀ ਆਨੰਦ ਦੀ ਲਹਿਰ ਦੀ ਮਹਿਮਾ ਕਿੱਥੋਂ ਕਤੀਕ ਵਰਣਨ ਕਰਾਂ। ਮੇਰੇ ਅੰਦਰ ਉੱਕੀ ਹੀ ਸਮਰੱਥਾ ਨਹੀਂ, ਬਸ ਕਹਿਵੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਪੈਰੋ ਪੈਰ ਰਸ ਭਿੰਨੜੀਆਂ ਜੁੱਦੜੀਆਂ ਕਰਾਂ ਅਤੇ ਕਰ ਕਰ ਪਾਠ ਦੀਆਂ ਪਵੜੀਆਂ ਚੜ੍ਹਾਂ। ਜੇ ਮੈਂ ਗੁਰਬਾਣੀ ਦਾ ਤਕੜਾ ਅਭਿਆਸੀ ਰਸੀਆ ਨਾ ਹੁੰਦਾ ਅਤੇ ਗੁਰਬਾਣੀ ਦੇ ਗੋਝ ਗੁਣਾਂ ਦਾ ਜਾਣੂ ਅਤੇ ਇਹਨਾਂ ਗੁਣਾਂ ਕਰ ਅਜ਼ਰ ਨੂੰ ਜਰ ਸਕਣ ਲਈ ਬੇਨਤੀ ਕਰਨ ਨਾ ਸਿੱਖਿਆ ਹੁੰਦਾ ਤਾਂ ਉੱਕੋ ਹੀ ਮਦਹੋਸ਼ੀ ਦੀ ਦਸ਼ਾ ਵਾਲਾ ਹੋ ਜਾਂਦਾ ਅਤੇ ਸਹਿਜ ਵਿਵਸਥਾ ਵਿੱਚ ਸਮਾਉਣ ਤੋਂ ਬਹੁਤ ਪ੍ਰੇੜੇ ਰਹਿ ਜਾਂਦਾ। ਸ਼੍ਰੀ ਜਪਜੀ ਸਾਹਿਬ ਦਾ ਪਾਠ ਅੱਜ ਵਿਚਾਲੇ ਹੀ ਰਹਿ ਗਿਆ ਅਤੇ ਨਾ ਹੋ ਸਕਿਆ। ਮਾਨੋ ਇਹ ਮੇਰੇ ਅੱਧਵਾਟ ਹੀ ਗੁਰ ਹੋ ਜਾਣ ਦੀ ਨਿਸ਼ਾਨੀ ਸੀ। ਜਿਉਂ ਜਿਉਂ ਬੇਨਤੀ ਕਰਾਂ ਤਿਉਂ ਤਿਉਂ ਕਿਰਪਾ ਹੁੰਦੀ ਜਾਵੇ ਅਤੇ ਪਾਠ ਵੀ ਤੁਰਦਾ ਜਾਵੇ। ਅੰਤ ਪਹੁ ਫੁੱਟਣ ਤਾਈਂ ਅੱਜ ਮੈਥੋਂ ਮਸਾਂ ਇੱਕ ਪਾਠ ਜਪਜੀ ਸਾਹਿਬ ਦਾ ਹੋ ਸਕਿਆ, ਪਰ ਸ਼ੁਕਰ ਹੈ ਕਿ ਹੋ ਗਿਆ। ਕਿੱਥੇ ਅੱਗੇ ਇਸ ਸਮੇਂ ਵਿੱਚ ਜਪਜੀ ਸਾਹਿਬ ਦੇ 5 ਪਾਠ ਅਤੇ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਦੇ ਪਾਠ ਹੋ ਜਾਂਦੇ ਅਤੇ ਕਿੱਥੇ ਅੱਜ ਇੱਕੋ ਪਾਠ ਜਪਜੀ ਸਾਹਿਬ ਦਾ
ਪਰ ਅਜੇ ਵੀ ਮੈਨੂੰ ਸੁਪਨ ਅਵਸਥਾ ਦੀ ਭ੍ਰਾਂਤੀ ਪਵੇ। ਇਤਨੇ ਨੂੰ ਭਾਈ ਰੂੜ ਸਿੰਘ ਜੀ ਬਸਤਰ ਲੈ ਕੇ ਆਏ ਤੇ ਕਿਹਾ, ਬਸਤਰ ਸਜਾ ਲਵੋ। ਮੈਨੂੰ ਪਤਾ ਲੱਗਾ ਕਿ ਮੈਂ ਸ਼ਸਤਰ ਵਸਤਰ ਅਜੇ ਸਜਾਏ ਹੀ ਨਹੀਂ, ਛੇਤੀ ਛੇਤੀ ਸਜਾ ਕੇ ਗੁਰਦੁਆਰਾ ਸਾਹਿਬ ਜਾਣ ਲੱਗਾ। ਪਰ ਮੇਰੇ ਹਿਰਦੇ ਵਿੱਚ ਇਹੋ ਸ਼ੱਕ ਸੰਕੋਚ ਕਿ ਸ਼ਾਇਦ ਮੈਂ ਅਜੇ ਸੁਪਨਾ ਹੀ ਵੇਖ ਰਿਹਾ ਹਾਂ। ਪ੍ਰੰਤੂ ਦਿਨ ਦਾ ਉਜਾਲਾ ਦੇਖ ਕੇ ਮੈਂ ਨਿਸ਼ਚੇ ਕਰਾਂ ਕਿ ਸੁਪਨਾ ਤਾਂ ਰਾਤ ਨੂੰ ਆਉਂਦਾ ਹੈ ਅਤੇ ਸੁਪਨੇ ਵਿੱਚ ਰਾਤੋਂ ਦਿਨ ਕਦੀ ਨਹੀਂ ਚੜ੍ਹਦਾ ਦੇਖਿਆ। ਦੂਜੇ ਜੋਤ ਪ੍ਰਕਾਸ਼ ਦਾ ਉਜਾਰਾ ਜੋ ਮੈਂ ਪੇਖ ਪਰਸ ਰਿਹਾ ਸੀ ਅਤੇ ਅੰਤਰੇ ਅੰਤਰ ਮਾਣ ਰਿਹਾ ਸੀ, ਉਹ ਨਿਰਾਲਾ ਹੀ ਦਿਸੇ। ਦਿਨ ਦੇ ਉਜਾਲੇ ਤੋਂ ਇਸ ਅਲੌਕਿਕ ਉਜਿਆਰੇ ਦੀ ਭਾਅ ਵੱਖਰੀ ਹੀ ਮਾਰੇ। ਮੈਂ ਹੰਬਲਾ ਮਾਰ ਕੇ ਬਾਹਰ ਖੁੱਲ੍ਹੇ ਬਰਾਂਡੇ ਵਿੱਚ ਆ ਖੜੁੱਤਾ। ਆਕਾਸ਼ ਵੱਲ ਵੇਖਾਂ ਤਾਂ ਸਾਰਾ ਬ੍ਰਹਿਮੰਡ ਇਸੇ ਜੋਤ ਪ੍ਰਕਾਸ਼ੀ ਰੰਗ ਨਾਲ ਰੰਗੀਜਿਆ ਪਿਆ। ਭੂਰੇ ਦੀ ਬੁੱਕਲ ਮਾਰ ਕੇ ਮੈਂ ਸਨੇ ਸਨੇ ਗੁਰਦੁਆਰੇ ਵਾਲੇ ਨੂੰ ਹੋ ਲਿਆ, ਪਰ ਮੇਰੇ ਪੈਰ ਲੜਖੜਾਉਣ ਅਤੇ ਚਾਲ ਡਗਮਗਵਾਵੇ, ਮਾਨੋ ਮੇਰੇ ਪੈਰ ਧਰਤੀ 'ਤੇ ਲੱਗਦੇ ਹੀ ਨਹੀਂ। ਮੈਂ ਡਿੱਗ ਪਵਾਂ ਪਰ ਉੱਪਰੇ ਉੱਪਰ ਬੋਚਾ ਜਾਵਾਂ ਅਤੇ ਆਪਣੇ ਜੀ ਵਿੱਚ ਆਪਣੇ ਨਾਲ ਇਹੋ ਚਿਤਵਦਾ ਜਾਵਾਂ ਕਿ ਕੀ ਮੈਂ ਸੱਚਮੁੱਚ ਅੱਜ ਮਨ ਵਾਂਸ਼ਤ ਵਰ ਨੂੰ ਪ੍ਰਾਪਤ ਕਰ ਲਿਆ ਹੈ ਕਿ ਅਜੇ ਸੁਪਨਾ ਹੀ ਹੈ। ਅੱਛਾ ਸਤਿਗੁਰੂ ਗੁਰਦੇਵ ਜੀ, ਤੇਰੇ ਹਜ਼ੂਰ ਚੱਲੇ ਹਾਂ, ਤੂੰ ਆਪੇ ਹੀ ਮੇਰੀ ਇਸ ਵਿਵਸਥਾ 'ਤੇ ਮੋਹਰ ਛਾਪ ਲਾ ਦੇਵੀਂ। ਤੂੰ ਆਪੇ ਆਪਣੇ ਹਜ਼ੂਰ ਜਾਣਸਾਰ ਪ੍ਰੋੜਤਾਮਈ ਵਾਕ ਮੇਰੇ ਸਰਵਣ ਸਰੋਤ ਕਰਾਏ ਕੇ ਮੇਰਾ ਭਰਮ ਨਿਵਰਤ ਕਰ ਦੇਵੀਂ, ਤਾਂ ਮੈਂ ਭਤੀਜੂ ਕਿ ਮੇਰੇ ਸੱਚਮੁੱਚ ਪ੍ਰਤੱਖ ਜਾਗਰਤ ਅਵਸਥਾ ਵਿੱਚ ਸੁਹਾਗ ਭਾਗ ਵਾਲਾ ਆਨੰਦ ਰਸ ਮਾਣ ਰਿਹਾ ਹਾਂ। ਜਦ ਮੈਂ ਗੁਰਦੁਆਰੇ ਜਾ ਕੇ ਵੜਿਆ ਤਾਂ ਇਹ ਸੁਖਦਾਇਨੀ ਸੋਹਲਾ ਮੇਰੇ ਕੰਨਾਂ ਵਿੱਚ ਪਿਆ, ਯਾਰ ਵੇ ਨਿਤ ਸੁਖ ਸਖੇਦੀ, ਸਾ ਮੈਂ ਪਾਈ ਵਰ ਲੋੜੀਂਦਾ ਆਇਆ ਵੱਜੀ ਵਧਾਈ। ਮਹਾਂਮੰਗਲ ਰਹੱਸ ਥੀਆ, ਪਿਰ ਦਿਆਲ ਸਦ ਨਵਰੰਗੀਆ, ਬੜਭਾਗ ਪਾਇਆ ਗੁਰ ਮਿਲਾਇਆ, ਸਾਧ ਕੈ ਸਤਸੰਗੀਆ। ਆਸਾ ਮਨਸਾ ਸਗਲ ਪੂਰੀ, ਪ੍ਰੇ ਅੰਕ ਅੰਕ ਮਿਲਾਈ, ਵਿਨਵੰਤ ਨਾਨਕ ਸੁਖ ਸੁਖੇਦੀ, ਸਾ ਮੈਂ ਗੁਰ ਮਿਲ ਪਾਈ। ਇਸ ਵਧਾਈ ਦੇ ਸੋਹਲੇ ਨੂੰ ਸੁਣ ਕੇ ਮੇਰੇ ਭਰਮ ਦੇ ਸਭ ਸ਼ੌੜ ਕੱਟੇ ਗਏ। ਮੈਨੂੰ ਕੋਈ ਸ਼ੱਕ ਸੁਭਾ ਸੁਪਨ ਦਸ਼ਾ ਦਾ ਨਾ ਰਿਹਾ। ਮਹਾਰਾਜ ਦੀਆਂ ਪੰਜ ਪ੍ਰਕਰਮਾਂ ਕਰਕੇ, ਡੰਡੌਤ ਬੰਦਨਾ ਕਰਕੇ ਅਤੇ ਤਾਬੇ ਆ ਕੇ ਵਾਕ ਲੈਣ ਲਈ ਚੁੱਭਾ ਮਾਰਿਆ ਤਾਂ ਆਨੰਦ ਸਾਹਿਬ ਦਾ ਪਹਿਲਾ ਪੌੜਾ ਨਿਕਲਿਆ। ਐਸੀ ਲੜਕ ਅਤੇ ਮੌਜ ਵਿੱਚ ਪਾਠ ਹੋਇਆ ਕਿ ਦੇਖਾ ਹੀ ਪ੍ਰਵਾਨ ਹੈ, ਅੱਜ ਆਨੰਦ ਦੇ ਅਸਲ ਅਰਥਾਂ ਦਾ ਪਤਾ ਲੱਗਾ। ਠੀਕ ਹੈ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ 'ਤੇ ਜਾਣਿਆ। ਅਸਲ ਅਰਥਾਂ ਵਿੱਚ ਅੱਜ ਸਤਿਗੁਰੂ ਮੈਂ ਪਾਇਆ ਦਾ ਗੋਝ ਗਿਆਨ ਪ੍ਰਗਟਿਆ। ਅੱਜ ਮੇਰੀਆਂ ਮੌਜਾਂ ਦਾ ਮਿੱਤ ਸ਼ੁਮਾਰ ਅੰਤ ਪਾਰਾਵਾਰ ਕੋਈ ਨਾ, ਮੈਂ ਆਨੰਦ ਮਗਨ ਹੋ ਗਿਆ। ਐਸੀ ਲਿਵ ਵੱਜੀ ਕਿ ਅੱਖਾਂ ਝਮਕਣੋਂ ਰਹਿ ਖੜੋਤੀਆਂ। ਜਾਣੀ ਦਾ ਜਰਮਾਲ ਰਸ ਅੰਤਰ ਬਾਹਰ ਪੀਵਨ ਪਰ ਰਜੀਵਨ ਤੋਂ ਬਿਨਾਂ ਗੱਟ ਗੱਟ ਪੀ ਜਾਂਦਾ ਹਾਂ। ਇਤਨੇ ਨੂੰ ਇੱਕ ਸਿੰਘ ਸੱਜਣ ਨੇ ਮੈਨੂੰ ਆ ਕੇ ਆਖਿਆ, ਚਲੋ ਜੀ ਦੂਜੇ ਨਾਲ ਦੇ ਗੁਰਦੁਆਰੇ ਵਿੱਚ ਹੁਣੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਗੁਰਪੁਰਬ ਨਿਮਿਤ ਆਰੰਭ ਹੋਣਾ ਹੈ, ਉੱਥੇ ਚੱਲ ਕੇ ਆਨੰਦ ਲਵੋ। ਮੈਨੂੰ ਹੋਰ ਵੀ ਵਧੇਰੇ ਚਾਓ ਚੜ੍ਹ ਗਿਆ ਅਤੇ ਚਾਓ ਚੈਲਾ ਉੱਠ ਤੁਰਿਆ। ਉੱਥੇ ਬੜੀ ਸੰਗਤ ਜੁੜੀ ਹੋਈ ਸੀ। ਮੈਂ ਦੂਰੋਂ ਹੀ ਮਹਾਰਾਜ ਨੂੰ ਨਮਸਕਾਰ ਕਰ ਅਤੇ ਸੰਗਤ ਨੂੰ ਫਤਿਹ ਬੁਲਾ ਚੁੱਪ ਕੀਤਾ। ਪਿਛਲੇ ਪਾਸੇ ਸੰਗਤ ਦੇ ਜੋੜਿਆਂ ਵਿੱਚ ਇੱਕ ਨੁੱਕਰੇ ਜਾ ਬੈਠਾ। ਇੱਥੋਂ ਮੈਂ ਸਭ ਸੰਗਤ ਦੇ ਦਿਦਾਰੇ ਖੁੱਲ੍ਹਾ ਕਰ ਸਕਾਂ ਅਤੇ ਮੇਰੇ ਵੱਲ ਕੋਈ ਗੌਹ ਨਾ ਕਰ ਸਕੇ। ਇੱਥੇ ਮੈਂ ਗੁਰੂ ਸਾਹਿਬ ਦੇ ਵੀ ਸਨਮੁੱਖ ਸੀ। ਮੈਂ ਕੰਬਲ ਦੀ ਬੁੱਕਲ ਮਾਰ ਆਨੰਦ ਵਿੱਚ ਮਗਨ ਬੈਠ ਗਿਆ। ਕੀਰਤਨ ਹੋ ਰਿਹਾ ਸੀ, ਮੇਰੇ ਅੰਦਰ ਕਾਂਗਾ ਉੱਠਣ ਕਿ ਨਾਲ ਜਾ ਕੀਰਤਨ ਕਰਾਂ, ਪਰ ਮੈਨੂੰ ਮੇਰੀ ਆਨੰਦ ਮਗਨ ਤਾਂ ਉੱਥੋਂ ਉੱਠਣ ਨਾ ਦੇਵੇ। ਇਤਨੇ ਨੂੰ ਕੀਰਤਨ ਸਮਾਪਤ ਹੋਇਆ ਅਤੇ ਆਰੰਭ ਦਾ ਅਰਦਾਸਾ ਹੋ ਕੇ ਅਖੰਡ ਪਾਠ ਆਰੰਭ ਹੋ ਗਿਆ। ਮੇਰੀ ਸਾਰੀ ਆਯੂ ਵਿੱਚ ਇਹ ਪਹਿਲਾ ਅਖੰਡ ਪਾਠ ਸੀ ਜੋ ਮੈਂ ਦੇਖਿਆ। ਜਪਜੀ ਸਾਹਿਬ ਦੇ ਪਾਠ ਸਮਾਪਤ ਹੋਣ ਪਰ ਕੜਾ ਪ੍ਰਸ਼ਾਦ ਵਰਤਾਇਆ ਗਿਆ ਅਤੇ ਸੰਗਤ ਆਪਣੇ ਕੰਮਾਂ ਨੂੰ ਖਿੰਡ ਖੱਪਰ ਗਈ। ਕੋਈ ਵਿਰਲੇ ਸੱਜਣ ਰਹਿ ਗਏ ਅਤੇ ਥੋੜ੍ਹੇ ਚਿਰ ਪਿੱਛੋਂ ਉਹ ਵੀ ਚਲੇ ਗਏ ਅਤੇ ਜਾਂਦੇ ਜਾਂਦੇ ਮੈਨੂੰ ਵੀ ਟੰਬ ਗਏ। ਮੈਂ ਮੱਥਾ ਟੇਕ ਆ ਗਿਆ, ਮੰਗੀ ਨਾ ਮਿਲੀ। ਹੁਕਮ ਹੋਇਆ ਬੈਠਾ ਰਹੋ, ਕਿੱਥੇ ਜਾਣਾ ਹੈ? ਬਸ ਫਿਰ ਕੀ ਸੀ, ਮੇਰਾ ਹੁਣ ਫਿਰਨਾ ਜਾਣਾ ਰਹਿ ਗਿਆ। ਗੁਰਦੇਵ ਦੀ ਅਕਾਲੀ ਆਗਿਆ ਨੂੰ ਕੌਣ ਉਲੰਘੇ? ਉੱਥੇ ਮੰਡਲ ਵਿਖੇ ਪੰਜ ਪਾਠੀ ਅਤੇ ਧੂਪੀ ਆਦਿਕ ਸੇਵਾਦਾਰਾਂ ਤੋਂ ਬਿਨਾਂ ਸਰੋਤਾ ਕੇਵਲ ਮੈਂ ਹੀ ਰਹਿ ਗਿਆ। ਉਸ ਤੋਂ ਪਸ਼ਚਾਤ ਚਾਰ ਸੱਜਣ ਆਉਣ, ਦੋ ਚਲੇ ਜਾਣ, ਉਹ ਉੱਠ ਜਾਣ, ਫਿਰ ਹੋਰ ਆ ਜਾਣ। ਇਵੇਂ ਆਵਾਜਾਈ ਲੱਗੀ ਹੀ ਰਹੀ, ਪਰ ਮੈਨੂੰ ਇੱਕ ਆਸਣ ਮਾਲਕ ਨੇ ਪ੍ਰੇਮ ਬੰਧਨ ਵਿੱਚ ਬੰਨ੍ਹ ਕੇ ਬਿਠਾ ਛੱਡਿਆ। ਮੈਨੂੰ ਕੌਣ ਹਿਲਾਵੇ? ਪਰਮਾਰਥੀ ਰੰਗਾਂ ਦਾ ਪਾਰਾਵਾਰ ਥਾਂ ਹੱਦ ਬੰਨਾ ਕੋਈ ਨਹੀਂ। ਇਹਨਾਂ ਰੰਗਾਂ ਦੇ ਰੰਗ ਹੋਰ ਤੋਂ ਹੋਰ ਵਧੀ ਜਾਣ ਅਤੇ ਮੇਰੇ ਅੰਦਰ ਮੰਨਣ, ਜਰੀ ਜਾਵਣ ਦੀ ਸ਼ਕਤੀ ਵਧੀ ਜਾਵੇ। ਇੱਕੋ ਆਸਣ 'ਤੇ ਬੈਠਾ ਅਡੋਲ ਆਨੰਦ ਮਾਣੀ ਜਾਵਾਂ। ਗੱਲ ਕੀ, 16 ਪਹਿਰ ਬਰਾਬਰ ਇੱਕੋ ਅਡੋਲ ਆਸਣੀ ਲਿਵਤਾੜੀ ਵਿੱਚ ਬਿਠਾ ਕੇ ਮਹਾਰਾਜ ਜੀ ਨੇ ਆਪ ਕਿਰਪਾਲਤਾ ਕਰ ਸਮੂਹ ਅਖੰਡ ਪਾਠ
ਆਦਿ ਤੋਂ ਅੰਤ ਤੀਕ ਮੈਥੋਂ ਸੁਣਵਾਇਆ। ਸਾਰਾ ਪਾਠ ਗੁਰ ਕਿਰਪਾ ਕਰ ਪੂਰਨ ਸਾਵਧਾਨਤਾ ਅੰਤ ਸਹਿਤ ਸੁਣਿਆ। ਇੱਕ ਨਿਮਖ ਵੀ ਨਾ ਡੋਲਿਆ। ਇਹ ਪ੍ਰਤਾਪ ਤੁਹਾਰਾ ਰੁਣ ਚੁਣ ਦੀ ਗੁੰਜਾਰ ਗੂੰਜ ਉੱਠੀ। ਦਸਮ ਦੁਆਰ ਦੀ ਅਚਰਜ ਖੇਡ ਕਵਾੜ ਖੁੱਲਣ ਲੱਗੇ। ਮਾਈ ਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮਯੋ, ਅਚਰਜ ਤਾਂ ਕੇ ਸਵਾਦ। ਅਖੰਡ ਪਾਠ ਸੰਪੂਰਨ ਹੋਇਆ। ਆਰਤੀ ਦੇ ਸ਼ਬਦਾਂ ਦਾ ਕੀਰਤਨ ਕੀਤਾ ਗਿਆ। ਮੇਰੇ ਅੰਤਰ ਅੜਬਤ ਰੰਗਲੀ ਆਰਤੀ ਉਤਰਦੀ ਜਾਵੇ। ਆਰਤੀ ਦੇ ਸ਼ਬਦਾਂ ਦੇ ਭਾਵ ਦਾ ਵਰਤਾਰਾ ਐਨ ਵਿਨ ਅਸਲ ਸੁੱਚੇ ਰੰਗਾਂ ਵਿੱਚ ਵਰਤ ਰਿਹਾ ਸੀ। ਢੋਲਕੀ ਛਣੇ ਵੱਜਣੋਂ ਹਟ ਗਏ, ਪਰ ਮੈਨੂੰ ਅਨਕ ਪ੍ਰਕਾਰ ਦੇ ਰਾਗ ਰਤਨ ਕੀਰਤਨ ਖੰਡਾਂ ਬ੍ਰਹਮੰਡਾਂ ਵਿੱਚ ਹੁੰਦੇ ਸੁਣਦੇ ਸਨ। ਕੌਣ ਅੱਖ ਉਗੇੜੇ, ਚੱਲ ਮਲਚਲ ਮਾਟਾਂ ਦਥ ਰਾਟ ਦਿਵ ਜੋਤਮਈ ਪ੍ਰਕਾਸ਼ ਸਾਰੇ ਆਕਾਸ਼ ਮੰਡਲ ਦੇ ਪੁਲਾੜ ਵਿੱਚ ਚਲਕਾਰੇ ਮਾਰੇ। ਜਦ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੰਘਾਸਣ ਵੱਲ ਤੱਕਾਂ ਤਾਂ ਬੜਾ ਤਿੱਖਾ ਤੇਜ ਝੱਲਿਆ ਨਾ ਜਾਵੇ, ਪਰ ਪ੍ਰਭਾਵ ਬੜਾ ਠੰਡਾ ਅਤੇ ਮਿੱਠਾ। ਸਾਰੇ ਸਤਸੰਗ ਮੰਡਲ ਵਿਖੇ ਇਸ ਸਿੰਘਾਸਣ ਵੱਲੋਂ ਜੋਤ ਕਿਰਨਾਂ ਚਾਰ ਚੁਫੇਰੇ ਪੈ ਰਹੀਆਂ ਸਨ ਅਤੇ ਸੰਗਤ ਟਕੋ ਟੱਕੀ ਜੁੜੀ ਬੈਠੀ ਸੀ। ਸਭ ਦੀਆਂ ਅੱਖਾਂ ਮੇਰੇ ਵੱਲ।